ਪਹਿਲਾਂ ਇਹ ਪੋਸਟਰ ਦੇਖੋ ਜਿਸ 'ਤੇ ਲਿਖਿਆ ਮਹਾਂ ਯੂਥ ਰੈਲੀ। ਸ਼੍ਰੋਮਣੀ ਅਕਾਲੀ ਦਲ ਵੱਲੋਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਨੌਜਵਾਨਾਂ ਨੂੰ ਲੁਭਾਉਣ ਲਈ ਇਹ ਰੈਲੀ ਰੱਖੀ ਗਈ ਜਿਸ ਦਾ ਨਾਂ ਵੀ ਮਹਾਂ ਯੂਥ ਰੈਲੀ ਰੱਖਿਆ ਗਿਆ। ਪਰ ਅਕਾਲੀ ਦਲ ਦੀ ਇਸ ਰੈਲੀ 'ਚ ਕੁਝ ਰੌਚਕ ਦੇਖਣ ਨੂੰ ਮਿਲਿਆ ਜਿਸ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਅਤੇ ਦੁਚਿੱਤੀ 'ਚ ਪਾ ਦਿੱਤਾ। ਅਸੀਂ ਅਜਿਹਾ ਕਿਉਂ ਕਹਿ ਰਹੇ ਹਾਂ ਦੱਸਦੇ ਹਾਂ। ਕਹਿੰਦੇ ਨੇ ਨਾ ਤਸਵੀਰਾਂ ਬੋਲਦੀਆਂ ਨੇ ਅਤੇ ਹੁਣ ਇਹ ਤਸਵੀਰਾਂ ਹੀ ਬੋਲਣਗੀਆਂ। ਜ਼ਰਾ ਗੌਰ ਨਾਲ ਅਕਾਲੀ ਦਲ ਦੀ ਇਸ ਰੈਲੀ ਨੂੰ ਦੇਖੋ ਜਿਸ ਦਾ ਨਾਂ ਤਾਂ ਮਹਾਂ ਯੂਥ ਰੈਲੀ ਹੈ ਅਤੇ ਰੈਲੀ ਵੀ ਨੌਜਵਾਨਾਂ ਨੂੰ ਖਿੱਚਣ ਲਈ ਰੱਖੀ ਗਈ। ਪਰ ਇਸ ਰੈਲੀ 'ਚ ਇੱਕਾ ਦੁੱਕਾ ਨੌਜਵਾਨ ਹੀ ਦੇਖਣ ਨੂੰ ਮਿਲਿਆ। ਪਹਿਲਾਂ ਤਾਂ ਸਟੇਜ ਦੀਆਂ ਇਹ ਤਸਵੀਰਾਂ ਦੇਖੋ ਜਿੱਥੇ ਬਿਕਰਮ ਮਜੀਠੀਆ ਆਪਣੇ ਲੀਡਰਾਂ ਨਾਲ ਬੈਠੇ ਨੇ ਅਤੇ ਲੀਡਰ ਵੀ ਕਿਸੇ ਪਾਸੇ ਤੋਂ ਨੌਜਵਾਨ ਨਹੀਂ ਲੱਗ ਰਹੇ। ਦੂਜੀਆਂ ਤਸਵੀਰਾਂ ਪੰਡਾਲ ਦੀਆਂ ਦੇਖੋ ਜਿੱਥੇ ਚਿੱਟੀਆਂ ਦਾੜੀਆਂ ਵਾਲੇ ਬਿਰਧ ਉਮਰ ਦੇ ਬਜ਼ੁਰਗ ਬਿਰਾਜਮਾਨ ਨੇ ਅਕਾਲੀ ਦਲ ਦਾ ਝੰਡਾ ਫੜੀ ਬੈਠੇ ਨੇ। ਸਾਡਾ ਮਕਸਦ ਸਿਰਫ ਸੱਚ ਨੂੰ ਦਿਖਾਉਣਾ ਹੈ ਅਤੇ ਚਿੱਟਾ ਸੱਚ ਇਹੀ ਸਾਬਤ ਕਰ ਰਿਹਾ ਹੈ ਕਿ ਜਾਂ ਤਾਂ ਅਕਾਲੀ ਦਲ ਨਾਲ ਨੌਜਵਾਨਾਂ ਦੇ ਜੁੜੇ ਹੋਣ ਦੀ ਘਾਟ ਹੈ ਜਾਂ ਫਿਰ ਇਹ ਬਜ਼ੁਰਗ ਵਰਕਰ ਅਕਾਲੀ ਦਲ ਲਈ ਨੌਜਵਾਨ ਨੇ। ਬਿਊਰੋ ਰਿਪੋਰਟ।